ਚੱਕ ਕੇ ਰੱਖ ਡਿੱਗ ਪੈਣੀ ਸਾਰੀ ਥੱਲੇ ਆ ਜਾਣੀ, ਛੱਤ ਫੜ ਕੇ ਰੱਖੀ ਇੱਥੇ ਹੀ, ਯਕੀਨ ਕਰ ਡਿੱਗ ਪੈਣੀ। ਮੈਂ ਬੂਟੇ ਨੂੰ ਫੋਨ ਕਰਦਾ ਹੁਣੇ। ਯਕੀਨ ਕਰੋ, ਉਹਦਾ ਰੂਮ ਚੈੱਕ ਕਰੋ ਯਾਰ ਤੁਸੀਂ, ਇਹ ਵੇਖੋ ਰੂਮ ਉਹਦਾ ਕੀ ਹਾਲ ਬਣਿਆ ਪਿਆ। ਇਹ ਅੱਛੀ ਗੱਲ ਹੈ ਯਾਰ, ਬੰਦੇ ਦਾ ਰੂਮ ਚੋਰ ਆ ਤੇ ਉਹਨੂੰ ਦਰਵਾਜ਼ਾ ਫੜਾਉਣ ਲੱਗੇ। ਅਸਲਾਮ ਵਾਲੇਕਮ ਜੀ, ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ। ਯਕੀਨ ਕਰੋ ਇੰਨੀ ਬਾਰਿਸ਼ ਹੋ ਰਹੀ ਹੈ ਵੀ ਸਾਡਾ ਕਮਰਾ ਨਾ ਬਾਬਾ ਜੀ ਚੈੱਕ ਕਰੋ, ਪਲਾਈ ਵੀ ਪਾਟ ਗਈ ਹੈ, ਇੱਥੋਂ ਵੀ ਚੋਣ ਲਾ ਪਿਆ। ਗੁੱਜਰ ਸਾਹਿਬ ਜੀ ਦਾ ਕੁਛ ਕਰ ਲਓ, ਅਜੇ ਤੱਕ ਤਾਂ ਬਾਰਿਸ਼ ਸ਼ੁਰੂ ਹੋਈ ਨੂੰ 15 ਮਿੰਟ ਹੋਏ ਨੇ ਯਾਰ, ਤੇ ਲੰਮਾ ਪੈ ਗਿਆ। ਤੂੰ ਤੇ ਉਹਨੂੰ ਉੱਠ ਕੇ ਉਹਦੇ ਉੱਤੇ ਜਾ ਕੇ ਕੋਈ ਕਲੀਨ ਸਲੀਨ ਪਾਓ ਯਾਰ, ਪਾਣੀ ਇੱਥੋਂ ਵੀ ਸਾਰਾ ਚੋਰ ਆ ਯਾਰ। ਉਹ ਬੂਟਨ ਆਵਾਜ਼ ਮਾਰ, ਬੂਟਨ ਫੋਨ ਕਰ, ਜਲਦੀ ਕਰ ਉਹਨੂੰ, ਕਹਾਂ ਜਲਦੀ ਆ। ਉਹ ਸਾਰੀਆਂ ਪਲਾਈਆਂ ਉਦੋਂ ਟੁੱਟ ਗਈਆਂ, ਰੂਮ ਥੱਲੇ ਆ ਜਾਣਾ ਸਾਰਾ। ਪੈਸੇ ਕਦੋਂ ਲੱਭੇ? ਇੰਸ਼ੋਰੈਂਸ ਕਾਹਦੀ ਲੱਭੇਗੀ? ਇੰਸ਼ੋਰੈਂਸ ਹੋਈ ਹੈ ਤੇਰੀ? ਯਾਰ ਤੂੰ ਉੱਠ ਗਾ, ਜਲਦੀ ਇੱਧਰ ਆ, ਜਲਦੀ ਗਾ, ਉਹ ਉੱਤੇ ਜਾ ਕਲੀਨ ਪਾ, ਜਲਦੀ ਕਰ ਮੇਰਾ ਭਰਾ, ਬਾਹਰੋਂ ਕਲੀਨ ਲਿਆ ਚਾ ਕੇ, ਜਲਦੀ ਲਿਆ ਜਲਦੀ। ਬਹੁਤ ਬਾਰਿਸ਼ ਹੋ ਰਹੀ ਯਾਰ ਓਮਾਨ ਦੇ ਵਿੱਚ, ਇੰਨੀ ਬਾਰਿਸ਼ ਹੱਦ ਤੋਂ ਜ਼ਿਆਦਾ। ਅੱਲਾਹ ਪਾਕ ਆਪਣੀ ਰਹਿਮਤ ਦੀ ਬਰਸਾ ਯਾਰ, ਕਿਉਂਕਿ ਵੀ ਬਾਰਿਸ਼ਾਂ ਦੁਬਈ ਵੀ ਹੋ ਰਹੀਆਂ, ਸਾਊਦੀਆ ਵੀ, ਮਸਕਤ ਵੀ। ਚੈੱਕ ਕਰੋ ਕੀ ਹਾਲ, ਕਿੰਨੀ ਸਪੀਡ 'ਚ ਪਾਣੀ ਜਾ ਰਿਹਾ। ਯਕੀਨ ਕਰ ਬਹੁਤ ਤੇਜ਼ ਬਾਰਿਸ਼। ਅੱਲਾਹ ਪਾਕ ਮਾਫ ਕਰੇ, ਅੱਲਾਹ ਪਾਕ ਰਹਿਮਤ ਹੀ ਪਾਵੇ। ਸਾਡੇ ਸਾਹਮਣੇ ਰੂਮ ਦੇ ਬਾਬਾ ਜੀ, ਪਾਣੀ ਚੈੱਕ ਕਰੋ, ਦਰਿਆ ਬਣ ਵੀ ਗਿਆ ਇੱਥੇ। ਅਜੇ ਤੱਕ ਬਾਰਿਸ਼ ਸ਼ੁਰੂ ਹੋਈ ਨੂੰ 15 ਮਿੰਟ ਹੋਏ ਨੇ, ਵੇਖੋ ਕੀ ਬਣਦਾ। ਕਰ ਰਿਹਾ ਨਹਾਉਣ ਨੂੰ, ਆਏ ਹਾਏ 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 ਹਾਏ, ਯਾ ਅੱਲਾਹ ਪਾਕ ਰਹਿਮਤ ਦੀ ਪਾ। ਇਹ ਨੁਕਸਾਨ ਬਹੁਤ ਹੋ ਰਿਹਾ ਓਮਾਨ ਦਾ ਵੀ, ਮਜ਼ਦੂਰਾਂ ਦਾ ਵੀ। ਵੇਖੋ ਬੱਚੇ ਨਹਾ ਰਹੇ ਨੇ ਬਾਬਾ ਜੀ। ਚੈੱਕ ਰੱਖ ਡਿੱਗ ਪੈਣੀ ਸਾਰੀ ਥੱਲੇ ਆ ਜਾਣੀ, ਛੱਤ ਫੜ ਕੇ ਰੱਖੀ ਇੱਥੇ ਹੀ, ਯਕੀਨ ਕਰ ਡਿੱਗ ਪੈਣੀ। ਮੈਂ ਬੂਟੇ ਨੂੰ ਫੋਨ ਕਰਦਾ ਹੁਣੇ, ਬੂਟੇ ਨੰਬਰ। ਇੱਕ ਮਿੰਟ ਬੂਟੇ, ਉਹ ਯਾਰ ਜਲਦੀ ਆ ਰੂਮ ਚ ਯਾਰ, ਅੱਲਾ ਦੇ ਬੰਦੇ, ਸਾਰੀ ਛੱਤ ਥੱਲੇ ਜਾਂਦੀ ਪਈ, ਉੱਤੇ ਬਾਰਿਸ਼ ਨਹੀਂ ਪੈ ਗਈ। ਉਹ ਗੁੱਜਰ ਨੂੰ ਯਕੀਨ, ਬਾਰਿਸ਼ ਫਿਰ ਸ਼ੁਰੂ ਹੋ ਗਈ ਆ। ਉਹ ਗੁੱਜਰ ਨੂੰ ਪਾਇਆ ਹੋਇਆ ਵਾ, ਫੜ ਕੇ ਬੈਠਾ ਹੋਇਆ, ਗਰੀਬ ਖੜਾ ਹੋਇਆ ਉੱਥੇ। ਜਲਦੀ ਆ ਲੈ ਕੇ ਜਲਦੀ, ਦੋ ਇੱਥੇ ਮੁਰੱਬੇ ਪੈ ਗਏ, ਮੁਰੱਬੇ ਚੱਕ ਕੇ ਥੱਲੇ ਉਡਾ ਦੇਣੇ, ਤਬੂਕ ਲੈ ਦੋ। ਯਾਰ ਬੰਦੇ ਦਾ ਰੂਮ ਚੋਰ ਆ ਤੇ ਉਹਨੂੰ ਦਰਵਾਜ਼ਾ ਫੜਾਉਣ ਲੱਗੇ। ਉਹ ਦੁਬਾਰਾ ਇੱਧਰ ਰੱਖਣਾ ਵੀ ਨੇ ਵਾਪਸ। ਹੈਲੋ, ਵਾਪਸ ਰੱਖਣਾ ਵੀ ਇਹ ਇੱਧਰ ਏਸੀ ਵਾਲੇ ਦੋ ਨੇ, ਏਸੀ ਵਾਲੀ ਬੋਤਲ। ਯਕੀਨ ਕਰੋ ਸਾਨੂੰ ਰੂਮ ਚ ਬਾਹਰ ਜਾਣਾ ਪੈ ਗਿਆ, ਵੇਖੋ ਕਿੰਨੀ ਬਾਰਿਸ਼ ਹੋ ਗਈ। ਰੂਮ ਦਾ ਕੋਈ ਪਤਾ ਨੀ ਕਿਸੇ ਟਾਈਮ ਵੀ ਸਾਡੇ ਉੱਪਰ ਆ ਜਾਏ, ਕਿਉਂ ਗੁਜਰਾ ਨਿਕਲ ਨਿਕਲ ਸਪੀਡ ਮਾਰ ਸਪੀਡ। ਇਹ ਬੂਟਾ ਸਾਹਿਬ ਆਰਾਮ ਨਾਲ ਸੁੱਤਾ ਪਿਆ, ਰੂਮ ਸਾਰਾ ਥੱਲੇ ਜਾ ਪਿਆ। ਅਜੀਬ ਬੰਦਾ ਯਾਰ, ਵੇਖਣਾ ਆਰਾਮ ਨਾਲ ਸੁੱਤਾ ਪਿਆ ਯਾਰ, ਸਾਰੀਆਂ ਪਲਾਈਆਂ ਪੱਖੇ ਛੱਕੇ ਹਰ ਜਗ੍ਹਾ ਥੱਲੇ ਆਈ ਪਈ ਆ। ਉੜ ਜਾ ਮੇਰਾ ਭਰਾ, ਜਲਦੀ ਕਰ, ਯਕੀਨ ਕਰ ਤਬਾਹੀ ਲੱਥੀ ਪਈ ਰੂਮ ਦੀ। ਹਾਂ ਉੜ ਜਾਗਾ ਜਲਦੀ, ਪੱਖਾ ਪੁਗਾਰ ਛੇ ਥੱਲੇ ਆਈ ਪਈ, ਜਲਦੀ ਆਉਂਦੇ ਥੱਲੇ ਕੁਮਰਾਬੇ ਮੁਰਬੇ। ਗੱਡੀ ਅੱਧੀ ਅੱਧੀ ਡੁੱਬ ਰਹੀ ਹੈ ਤੇ ਗੁੱਜਰ ਸਾਹਿਬ ਪੂਰਾ ਹੀ ਡੁੱਬ ਰਿਹਾ। ਗੁੱਜਰ ਸਾਹਿਬ ਜੀ ਇਹ ਵੇਖੋ, ਓਮਾਨ 'ਚ ਵੀ ਬਾਰਿਸ਼ ਮਾਸ਼ਾਅੱਲਾ ਬਹੁਤ ਹੋ ਰਹੀ ਹੈ। ਬਾਕੀ ਬੱਚੇ ਖੇਡ ਰਹੇ ਨੇ, ਮਜ਼ਾ ਆਏਗਾ ਠੰਡੇ ਮੌਸਮ 'ਚ ਖਾਣ ਦਾ, ਉਹ ਵੀ ਦਾਲ ਚਾਵਲ। ਗੁੱਜਰ ਸਾਹਿਬ ਨੇ ਜੁੜ ਗਏ ਨੇ, ਆਪਾਂ ਚਾਵਲ ਖਾਣੇ ਆ,
ਚਲੋ ਅੱਲਾ ਖੈਰ ਖਾ ਕੇ ਚੱਲਦੇ ਫਿਰ ਆਪਾਂ। ਯਕੀਨ ਕਰੋ ਸਮੋਸੇ ਵੇਖ ਕੇ ਰਿਹਾ ਨਹੀਂ ਗਿਆ ਭਾਈ ਜਾਨ, ਮੈਂ ਤਾਂ ਇੱਕ ਖਾਣਾ ਹੀ ਖਾਣਾ। ਜਨਾਬ ਤੂੰ ਖਾਣਾ? ਤੂੰ ਤੇਰੇ ਤਾਂ ਆਪਣੇ ਨੇ, ਤੂੰ ਤਾਂ ਖਾ ਰਿਹਾ। ਚੌਲਾਂ ਤੋਂ ਬਾਅਦ ਬਾਬਾ ਜੀ ਦੋ ਚਾਹਵਾਂ, ਪਰ ਬੰਦੇ ਅਸੀਂ ਤਿੰਨ ਹੋ ਗਏ ਇਹਦੇ ਵਾਸਤੇ, ਭਾਈ ਵਾਸਤੇ ਮੰਗਵਾਈ ਹੁਣ ਦੁਬਾਰਾ। ਅਤੇ ਬਿਸਮਿਲ੍ਲਾ ਰਹਿਮਾਨ ਰਹੀਮ, ਬਿਸਮਿਲ੍ਲਾ ਰਹਿਮਾਨ ਰਹੀਮ ਯਾ ਹਬੀਬੀ। ਓਏ ਹੋਏ ਹੋਏ, ਮੂੰਹ ਸੜ ਗਿਆ ਮੇਰਾ ਵੀ। ਪਰਦੇਸ ਚ ਕੱਪੜੇ ਵੀ ਖੁਦ ਪ੍ਰੈਸ ਕਰਨੇ ਪੈਂਦੇ ਨੇ, ਚੈੱਕ ਕਰੋ ਕਰ ਰਹੇ ਹਾਂ। ਅਤੇ ਗੁੱਜਰ ਸਾਹਿਬ ਦੰਦ ਕੱਢ ਰਹੇ ਨੇ, ਸਲਵਾਰ ਹੋ ਗਈ ਅਤੇ ਕਮੀਜ਼ ਕਰਦੇ ਪਏ। ਹੋਏ 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 ਹੋਏ, ਗੁਜਰਾ ਵਾਦੀ ਫੁੱਲ ਭਰ ਕੇ ਜਾ ਰਹੀ, ਯਕੀਨ ਕਰ। ਪਾਕਿਸਤਾਨੀਆਂ ਦੇ ਕੰਮ ਵੇਖੋ, ਸਲਵਾਰਾਂ ਉਦਾਂ ਕਰ ਲਈਆਂ ਉਹਨਾਂ ਨੇ। ਮਾਸ਼ਾਅੱਲਾ ਮਾਸ਼ਾਅੱਲਾ, ਗੁੱਛੇ ਲੱਗੇ ਹੋਏ ਨੇ ਨਿੱਬੂ ਦੇ ਯਾਰ, ਮਾਸ਼ਾਅੱਲਾ। ਓਮਾਨੀ ਦੇ ਘਰ ਦੇ ਬਾਹਰ ਹੈ ਨਾ, ਗੁੱਛੇ ਲੱਗੇ ਹੋਏ ਨੇ ਨਿੱਬੂਆਂ ਦੇ। ਕਿੱਥੋਂ ਦੀ ਲੰਘੀ ਹੈ, ਵੇਖੋ ਕੀ ਬਣਿਆ ਪਿਆ। ਰੂਮ 'ਚ ਜਾਣ ਵਾਸਤੇ ਜਗ੍ਹਾ ਨਹੀਂ ਹੈਗੀ, ਕਸਮੇ ਅੱਲਾ ਦੀ। ਬੋ ਬਹੁਤ ਆ ਗਈ, ਉਹ ਚਰਬੀ ਪਈ ਹੋਈ ਹੈ, ਆ ਜਾ ਹੁਣ। ਓਏ ਹੋਏ 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 ਯਾਰ, ਮੈਂ ਹੁਣੇ ਨਹਾ ਕੇ ਨਿਕਲਿਆ, ਯਕੀਨ ਕਰੋ। ਸਾਡੇ ਰੂਮ ਨਾਲ ਦੇ ਰੂਮ ਦੇ ਵਿੱਚ ਵੇਖੋ ਯਾਰ, ਗਰੀਬ ਬਾਲਟੀਆਂ ਨਾਲ ਪਾਣੀ ਕੱਢੀ ਜਾਂਦਾ ਦਾਦੂ ਬਾਈ ਯਾਰ, ਯਕੀਨ। ਸਬਰ ਦੇਖੋ ਯਾਰ, ਇਹ ਨੁਕਸਾਨ ਇਹਨਾਂ 'ਤੇ। ਇਹ ਵੇਖ ਸਾਡੇ ਬੰਦੇ ਦੰਦ ਕੱਢ ਰਹੇ ਪੈਣ ਵੀ ਯਾਰ, ਇੱਕ ਗਰੀਬ ਦੇ ਰੂਮ 'ਚ। ਯਕੀਨ ਕਰੋ, ਉਹਦਾ ਰੂਮ ਚੈੱਕ ਕਰੋ ਯਾਰ ਤੁਸੀਂ, ਇਹ ਵੇਖੋ ਰੂਮ ਉਹਦਾ ਕੀ ਹਾਲ ਬਣਿਆ ਪਿਆ। ਇਹ ਅੱਛੀ ਗੱਲ ਹੈ ਯਾਰ, ਫਿਲਟਰ ਹੋ ਕੇ ਪਾਣੀ ਆ ਰਿਹਾ ਉਹਦਾ। ਅੱਲਾ ਪਾਕ ਜੋ ਕਰਦਾ ਬਿਹਤਰ ਕਰਦਾ, ਲੇਕਿਨ ਯਾਰ ਇਹ ਬਹੁਤ ਜ਼ੁਲਮ ਹੋ ਰਿਹਾ, ਕਿਉਂਕਿ ਆਹ ਰੂਮ ਹੁਣ ਇਹਦੇ ਕੋਲ ਪਤਾ ਨਹੀਂ। ਦਾਦੂ ਬਾਈ ਆਪ ਹਮਾਰੇ ਰੂਮ ਮੇਂ ਸੋ ਜਾਓ, ਠੀਕ ਹੈ, ਟੈਨਸ਼ਨ ਨਹੀਂ ਲਓ, ਹਮਾਰੇ ਰੂਮ ਮੇਂ ਆ ਜਾਓ। ਅਗਰ ਇਹ ਪਾਣੀ ਨੀਚੇ ਆ ਰਿਹਾ, ਹਮਾਰੇ ਰੂਮ ਮੇਂ ਆ ਜਾਓ, ਨੋ ਟੈਨਸ਼ਨ। ਅਸੀਂ ਚੱਲੇ ਸੀ ਜੀ ਕੰਮ, ਪਰ ਇੱਥੇ ਤਾਂ ਬਾਬਾ ਜੀ ਅੱਗੋਂ ਨਾਕਾ ਲੱਗਾ ਪਿਆ, ਬਹੁਤ ਤੇਜ਼ ਵਾਦੀ ਚੱਲ ਰਹੀ, ਬਹੁਤ ਤੇਜ਼ ਬਾਬਾ ਜੀ। ਉਹ ਗੱਡੀ ਵਿੱਚ ਡੁੱਬੀ ਪਈ ਹੈ ਸਮਝੋ, ਐਵੇਂ ਨਹੀਂ ਗੁੱਜਰ ਸਾਹਿਬ ਜੀ, ਚੱਲੀਏ ਵਾਪਸ, ਹੈਂ, ਫਾਇਦਾ ਨਹੀਂ ਹੈ। ਪੁਲਸਾਂ ਪਹੁੰਚ ਗਈਆਂ ਬਾਬਾ ਜੀ, ਪੁਲਸਾਂ ਪੁਲਸਾਂ, ਚੈੱਕ ਕਰੋ ਵਾਦੀ ਕਿੰਨੀ ਤੇਜ਼, ਬਹੁਤ ਤੇਜ਼। ਉਹਨਾਂ ਗੱਡੀਆਂ ਸਾਰੀਆਂ ਰੋਕ ਲਈਆਂ ਨੇ, ਨਹੀਂ ਜਾਣ ਦੇ ਰਿਹਾ ਕਿਸੇ ਨੂੰ ਵੀ ਅੱਗੇ। ਅੱਛਾ ਜੀ, ਅੱਜ ਦਾ ਵਲੋਗ ਕਰਦੇ ਆਪਾਂ ਇੱਥੇ ਹੀ ਐਂਡ। ਤੁਹਾਨੂੰ ਉਮੀਦ ਹੈ ਵਲੋਗ ਅੱਛਾ ਲੱਗਿਆ ਹੋਗਾ। ਅੱਛਾ ਕੀ ਯਾਰ, ਨੁਕਸਾਨ ਹੋ ਰਿਹਾ ਬਾਰਿਸ਼ਾਂ, ਅੱਲਾ ਪਾਕ ਰਹਿਮ ਕਰੇ, ਅੱਲਾ ਪਾਕ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਅਗਰ ਸਾਡਾ ਵਲੋਗ ਤੁਹਾਨੂੰ ਅੱਛਾ ਲੱਗੇ, ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਅਤੇ ਬੈੱਲ ਆਈਕੋਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਮਿਲ ਸਕੇ। ਖੁਸ਼ ਰਹੋ, ਆਬਾਦ ਰਹੋ ਅਤੇ ਸਾਡੇ ਨਾਲ ਜੁੜੇ ਰਹੋ।